ਗਿੱਦੜਬਾਹਾ ਦੀ ਰੇਲਵੇ ਪੁਲਿਸ ਵੱਲੋਂ ਆਟਾ ਚੱਕੀ ਤੇ ਛਾਪੇਮਾਰੀ ਦੌਰਾਨ ਚੋਰੀ ਕੀਤੀ ਗਈ ਸਰਕਾਰੀ ਕਣਕ ਬਰਾਮਦ ਕਰ ਲਈ ਗਈ ਹੈ। ਕੁਝ ਦਿਨ ਪਹਿਲਾਂ ਪੁਲਿਸ ਨੂੰ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਮਾਲ ਗੱਡੀ ਚੋਂ ਸਰਕਾਰੀ ਕਣਕ ਦੀਆਂ ਬੋਰੀਆਂ ਚੋਰੀ ਕਰਕੇ ਫਰਾਰ ਹੋਣ ਦੀ ਸ਼ਿਕਾਇਤ ਮਿਲੀ ਸੀ, ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇਹ ਕਣਕ ਫਾਟਕ ਨੇੜੇ ਸਥਿਤ ਆਟਾ ਚੱਕੀ ਚੋਂ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਇਸ ਚੋਰੀ ਚ ਰੇਲਵੇ ਪੁਲਿਸ ਦੇ ਕੁਝ ਕਰਮਚਾਰੀਆਂ ਦੀ ਮਿਲੀ ਭੁਗਤ ਹੋਣ ਦਾ ਵੀ ਦੋਸ਼ ਹੈ, ਜਿਸ ਦੀ ਛਾਨਬੀਨ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਆਸੇ ਬਾਈਕ ਲੈ ਜਾ ਕੇ ਮਤਲਬ ਲੋਡ ਕਰਕੇ ਮਾਲ ਕੀ ਇੱਕ ਵਾਰ ਤੋਂ ਲੈ ਗਏ, ਦੂਸਰੀ ਵਾਰ ਜਬ ਲੈ ਗਏ ਮੈਨੂੰ ਉਹਨੇ ਰੋਕੇ ਤੋ ਵੀ ਰੁਕੇ ਨਹੀਂ, ਮੈਨੂੰ ਜ਼ਬਰਦਸਤੀ ਰੋਕੇ ਉਹਨੇ ਤੋ ਮੇਰੇ ਸਾਥ ਉਹਨਾਂ ਨੇ ਆਤਾਬਾਜ਼ੀ ਕਰੀ। ਉਸ ਬਾਅਦ ਫਿਰ ਇਹ ਆਏ ਇਹਨਾਂ ਆਤੋ ਸਾਰ ਸਿਰਫ ਇੱਕ ਹੀ ਬਾਤ ਕਹੀ ਕਿ ਯਾਰ ਤੁਮ ਬਾਈਕ ਨਹੀਂ ਸਾਰੇ ਬਾਈਕ ਛੋ ਤੁਮ ਇਸ ਸਾਥ ਲੜੇ ਪਏ ਫਾਲਤੂ ਮੈਂ, ਇਹ ਬਾਤ ਇਹਨਾਂ ਨੇ ਕੀ। 8 ਤਰੀਕ ਨੂੰ ਕੁਛ ਮਸਲਾ ਹੋਇਆ ਸੀ ਗਿੱਦੜਬਾਹਾ ਸਟੇਸ਼ਨ ਦੇ ਉੱਤੇ, ਕੁਛ ਪਤਾ ਲੱਗਾ ਸੀ ਕਿ ਕੁਛ ਲੋਕਾਂ ਨੇ ਗੱਡੀ ਖੋਲ੍ਹ ਕੇ ਉਹਦੇ ਵਿੱਚੋਂ ਮਾਲ ਰੇਲਵੇ ਦਾ ਜੋ ਹੈ ਬੁਕਸ਼ੁਦਾ ਮਾਲ ਹੈ ਕਣਕ ਚੋਰੀ ਕੀਤੀ ਸੀ। ਕਣਕ ਚੋਰੀ ਕਰਨ ਦੇ ਵਿੱਚ ਕੁਛ ਸਾਡੇ ਸਟਾਫ ਨੇ ਪਕੜੀ ਵੀ ਸੀ, ਪਕੜਨ ਤੋਂ ਬਾਅਦ ਫਿਰ ਇਹ ਮਾਮਲਾ ਜਿਹੜਾ ਨਿਊਜ਼ ਪੇਪਰ ਦੇ ਵਿੱਚ ਵੀ ਆਇਆ ਅਤੇ ਉਹਦੇ ਵਿੱਚ ਮੈਨੂੰ ਇੰਸਪੈਕਟਰ ਨੂੰ CIB ਦੇ ਨੂੰ ਕ੍ਰਾਈਮ ਵਾਲੇ ਨੂੰ ਸਾਡੇ ਉੱਚ ਅਧਿਕਾਰੀਆਂ ਨੇ ਨਿਯੁਕਤ ਕੀਤਾ। ਤੋ ਇੱਕ ਟੀਮ ਬਣਾਈ ਸੀ ਜਿਹਦਾ ਕਿ ਛਾਣਬੀਨ ਵਾਸਤੇ ਆਪਾਂ ਇਹ ਕੀਤਾ, ਉਹਦੇ ਵਿੱਚ ਬੰਦੇ ਪਕੜੇ ਗਏ ਹਾਂ ਜਿਨ੍ਹਾਂ ਨੇ ਕੀਤਾ ਸੀ ਚੋਰੀ ਕੀਤੀ ਸੀ ਔਰ ਇਹਨਾਂ ਨੂੰ ਵੇਚਦੇ ਸੀ ਆਪਣੇ ਅਸ਼ੋਕ ਕੁਮਾਰ ਚੱਕੀ ਵਾਲੇ ਨੂੰ, ਅਤੇ ਇਹਨਾਂ ਦੇ ਕੋਲੋਂ ਬਰਾਮਦਗੀ ਹੋਈ ਆ ਉਹ ਤੁਹਾਡੇ ਸਾਹਮਣੇ ਹੀ ਹੈ ਔਰ ਉਹਦੇ ਵਿੱਚ ਇਨਵੈਸਟੀਗੇਸ਼ਨ ਜਾਰੀ, ਗ੍ਰਿਫਤਾਰੀ ਹੋਈ ਹੈ, ਤਿੰਨ ਬੰਦਿਆਂ ਦੀ ਸਾਡੇ ਕੋਲ ਵੈਸੇ ਗ੍ਰਿਫਤਾਰੀ ਹੈ, ਇਹ ਚੱਕੀ ਵਾਲਾ ਪਕੜ ਗਿਆ, ਬਾਕੀ ਇਨਵੈਸਟੀਗੇਸ਼ਨ ਜਾਰੀ ਹੈ। ਫਿਲਹਾਲ ਪੁਲਿਸ ਮੁਤਾਬਕ ਕਣਕ ਦੀ ਬਰਾਮਦਗੀ ਤੋਂ ਬਾਅਦ ਹੋਰ ਵੀ ਕਈ ਤਰ੍ਹਾਂ ਦੇ ਭੇਤ ਖੁੱਲਣ ਦੀ ਸੰਭਾਵਨਾ ਹੈ। ਗਿੱਦੜਬਾਹਾ ਤੋਂ ਸੋਨੀ ਢਿੱਲਾ, ਖਬਰ ਹਰਪਲ ਇੰਡੀਆ ਲਈ।